ਵੀਰੋ ਜਿੰਨਾ ਵੀਰਾਂ ਨੇ ਵੀ 1 ਸਾਲ ਵਾਲੇ ਪੇਪਰ ਅਪਲਾਈ ਕੀਤੇ ਸਨ ਉਹਨਾਂ ਵਾਸਤੇ ਗੁੱਡ ਨਿਊਜ਼ ਹੈ। 1 ਸਾਲ ਵਾਲੇ ਪੇਪਰ ਨਿਕਲਣਾ ਆਲਮੋਸਟ ਸ਼ੁਰੂ ਹੋ ਗਏ ਨੇ। 12 ਤਰੀਕ ਵਾਲੇ ਵੀ, 2 ਤਰੀਕ ਵਾਲੇ ਵੀ ਤੇ 4 ਤਰੀਕ ਵਾਲੇ ਵੀ ਦਸੰਬਰ ਦੇ ਮਹੀਨੇ ਵਾਲੇ 2023 ਦੇ ਵਿੱਚ ਅਪਲਾਈ ਕੀਤੇ ਸਨ ਤੇ 1 ਸਾਲ ਵਾਲੇ ਪੇਪਰ ਨਿਕਲਣਾ ਸ਼ੁਰੂ ਹੋ ਗਏ ਨੇ। 1 ਸਾਲ ਵਾਲੇ ਪੇਪਰ ਇਟਲੀ ਦੇ ਨੋਲਾਓਸ ਦਾ ਵਰਕ ਪਰਮਿਟ ਸਾਰਾ ਕੁਝ ਜਿਹੜਾ ਨਾ ਉਹ ਇਸੇ ਵੀਕ ਦੇ ਵਿੱਚ ਤੁਹਾਨੂੰ ਜਿਹੜਾ ਨਾ ਉਹ ਈਚ ਐਂਡ ਐਵਰੀਥਿੰਗ ਕਨਫਰਮ ਵਰਕ ਪਰਮਿਟ ਜਿਹੜੇ ਨੇ ਇਸ਼ੂ ਹੋ ਕੇ ਲੱਭ ਜਾਣਗੇ। ਜਿੰਨਾ ਵੀਰਾਂ ਦੇ ਨੋਲਾਓਸ ਤਾਂ ਨਹੀਂ ਨਿਕਲੇ ਉਹਨਾਂ ਦੇ ਨੋਲਾਓਸ ਤਾਂ ਨਿਕਲ ਜਾਣਗੇ। ਮੇਰੇ ਕੋਲ ਜਿਹੜੇ ਨੋਲਾਓਸ ਤਾਂ ਆਏ ਨੇ 1 ਸਾਲ ਵਾਲੇ, ਉਹ ਪਾਕਿਸਤਾਨੀਆਂ ਦੇ, ਇੰਡੀਅਨ ਦੇ, ਉਸ ਤੋਂ ਬਾਅਦ ਸ੍ਰੀਲੰਕਨ ਸਿਟੀਜ਼ਨ ਦੇ ਅਤੇ ਬੰਗਲਾਦੇਸ਼ ਦੇ ਨੋਲਾਓਸ ਦਾ ਵੀ ਐਨੇ ਬਾਟੋ ਕਨਫਰਮ ਨਹੀਂ ਹੈ। ਬਹਰਹਾਲ 1 ਸਾਲ ਵਾਲੇ ਨੋਲਾਓਸ ਦਾ ਮਿਲਾਨ, ਜਨੇਵਾ, ਫਲੋਰੈਂਸ, ਬਾਰੀ, ਅਰਿਸਤੋ, ਲਤੀਨਾ, ਜਿੰਨੇ ਵੀ ਇਟਲੀ ਦੇ ਛੋਟੇ ਵੱਡੇ ਸਿਟੀ ਨੇ, ਆਲਮੋਸਟ ਹਰ ਸ਼ਹਿਰ ਤੋਂ 1 ਸਾਲ ਵਾਲੇ ਪੇਪਰ, 1 ਸਾਲ ਵਾਲਾ ਨੋਲਾਓਸ ਦਾ ਜਿਹੜਾ ਉਹ ਨਿਕਲ ਆਇਆ ਵੇ। ਹਰ ਇੱਕ ਵੀਰ ਭਰਾ ਨੂੰ ਗੁੱਡ ਨਿਊਜ਼, ਕਾਂਗਰੈਚੁਲੇਸ਼ਨ ਜਿਨ੍ਹਾਂ ਦਾ ਨੋਲਾਓਸ ਦਾ ਨਿਕਲ ਆਇਆ 1 ਸਾਲ ਵਾਲਾ, ਬਹੁਤ ਹੀ ਵਧਾਈਆਂ ਹੋਣ ਵੀਰੋ। ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ, ਕਿਉਂਕਿ ਇੰਸਟਾਗ੍ਰਾਮ 'ਤੇ ਬਹੁਤ ਸਾਰੇ ਵੀਰਾਂ ਨੇ ਮੈਨੂੰ ਜਿਹੜਾ ਆਪਣਾ ਨੋਲਾਓਸ ਦਾ DM ਕੀਤਾ ਅਤੇ ਮੈਂ ਤੁਹਾਨੂੰ ਵੀ ਸ਼ੇਅਰ ਕਰ ਦਿਆਂਗਾ ਉਹਨਾਂ ਦੀ ਪ੍ਰਾਈਵੇਟ ਇਨਫੋਰਮੇਸ਼ਨ ਹਾਈਡ ਕਰਕੇ, ਅਤੇ ਨੋਲਾਓਸ ਤਾਂ ਤੁਹਾਨੂੰ ਵੀ ਲੱਭ ਜਾਣਗੇ ਸਾਰੇ ਦੇ ਸਾਰੇ। ਤੁਸੀਂ ਜਿਹੜੇ ਵੀ ਸ਼ਹਿਰ ਦੇ ਬਾਰੇ 'ਚ ਨੋਲਾਓਸ ਦਾ ਦੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਥੱਲੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛੋ। 1 ਸਾਲ ਵਾਲੇ ਨੋਲਾਓਸ ਦਾ ਇਟਲੀ ਦੇ ਜਿੰਨੀਆਂ ਵੀ ਟਾਪ ਦੀਆਂ ਕੁਛ 7 ਜਾਂ ਫਿਰ 8 ਸਿਟੀਜ਼ ਨੇ, ਸ਼ਹਿਰ ਨੇ, ਉਹਨਾਂ ਤੋਂ ਨੋਲਾਓਸ ਦਾ ਕਨਫਰਮ ਤੌਰ 'ਤੇ ਇਸ਼ੂ ਹੋਣੇ ਸਟਾਰਟ ਹੋ ਗਏ ਨੇ। 4 ਮੇਰੇ ਆਪਣੇ ਵੀਰ ਨੇ ਜਿਨ੍ਹਾਂ ਨੋਲਾਓਸ ਦਾ ਅਪਲਾਈ ਕੀਤੇ ਸਨ ਇੰਡੀਆ ਤੋਂ, ਉਹਨਾਂ ਦੇ ਨੋਲਾਓਸ ਦਾ ਜਿਹੜੇ ਨੇ ਉਹ ਇਸ ਟਾਈਮ ਇਸ਼ੂ ਹੋ ਚੁੱਕੇ ਨੇ। 11 ਤਰੀਕ ਜਿਹੜਾ ਕਿ ਕੱਲ੍ਹ ਦਾ ਦਿਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਏਗਾ, ਮੈਂ ਵੀਡੀਓ ਸ਼ੂਟ ਕਰਨ ਡਿਆ ਵਾਂ ਸੰਡੇ ਨੂੰ। ਅਤੇ ਵੀਰੋ ਸਾਰੇ ਵੀਰ ਭਰਾ ਜਿੰਨਾ ਵੀ ਨੋਲਾਓਸ ਦਾ ਅਪਲਾਈ ਕਰਵਾਇਆ, ਜਿਹਦੇ ਜ਼ਰੀਏ ਵੀ ਅਪਲਾਈ ਕਰਵਾਇਆ, 1 ਸਾਲ ਵਾਲਾ, 9 ਮਹੀਨਿਆਂ ਵਾਲਾ, ਫੈਮਿਲੀ ਜਾਂ ਫਿਰ ਕਿਸੇ ਵੀ ਕੈਟਾਗਰੀ ਦਾ ਹੋਰ ਨੋਲਾਓਸ ਦਾ ਅਪਲਾਈ ਕਰਵਾਇਆ, ਉਹਨਾਂ ਸਾਰੇ ਵੀਰਾਂ ਵਾਸਤੇ ਇੱਕ ਬੜੀ ਹੀ ਅਲਰਟ ਜਾਰੀ ਕਰਨ ਲੱਗਾ ਕਿ ਆਪਣੇ ਜਿਹਦੇ ਜ਼ਰੀਏ ਵੀ ਤੁਸੀਂ ਅਪਲਾਈ ਕੀਤਾ ਉਹਦੇ ਨਾਲ ਕੋਂਟੈਕਟ ਕਰੋ, ਉਹਨੂੰ ਪੁੱਛੋ ਕਿ ਇਸ ਟਾਈਮ ਨੋਲਾਓਸ ਦੀ ਕੀ ਸਿਚੁਏਸ਼ਨ ਹੈ, ਕਦੋਂ ਤੱਕ ਹੋਰ ਵੇਟ ਕਰਨਾ ਪੈ ਸਕਦਾ। ਮੈਂ ਤੁਹਾਨੂੰ ਦੱਸਿਆ ਵੇ ਕਿ ਇਹ ਵੀਕ ਜਿਹੜਾ, ਇਹ ਵੀਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਏਗਾ। 11 ਤਰੀਕ ਤੋਂ ਲੈ ਕੇ ਅਤੇ 16 ਤਰੀਕ ਦੇ ਵਿੱਚ ਇਹ ਜਿੰਨੇ ਵੀ ਦਿਨ ਨੇ ਇਹ ਸਾਰੇ ਦੇ ਸਾਰੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਮਿੱਤਰੋ, ਵੀਡੀਓ ਨੂੰ ਅੱਗੇ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇੰਸਟਾਗ੍ਰਾਮ 'ਤੇ ਜ਼ਰੂਰ ਫਾਲੋ ਕਰੋ। ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਰੱਬ ਰਾਖਾ।